ਚੋਰ ਤਾਂ ਦੁਨੀਆ ਤੇ ਬਹੁਤ ਹੋਏ ਹੋਣੇ ਪਰ ਇਹਦੇ ਵਰਗਾ ਦਿਮਾਗੀ ਤੇ ਚਲਾਕ ਚੋਰ ਸ਼ਾਇਦ ਹੀ ਪਹਿਲਾਂ ਤੁਸੀਂ ਦੇਖਿਆ ਹੋਵੇ। ਇਹ ਚੋਰ ਨਕਲੀ ਦਸਤਾਵੇਜ਼ ਬਣਾ ਕੇ ਕਿੰਨੇ ਹੀ ਦਿਨ ਨਕਲੀ ਜੱਜ ਬਣਿਆ ਰਿਹਾ ਅਤੇ ਨਕਲੀ ਜੱਜ ਬਣ ਕੇ ਕਰੀਬ 2500 ਤੋਂ 3000 ਫੈਸਲੇ ਵੀ ਸੁਣਾ ਦਿੱਤੇ ਅਤੇ ਕਿੰਨੇ ਹੀ ਅਪਰਾਧੀਆਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਅਤੇ ਬਹੁਤਿਆਂ ਨੂੰ ਸਜ਼ਾ ਸੁਣਾ ਦਿੱਤੀ। ਇਸ ਦੇ ਨਾਮ ਕਰੀਬ 1000 ਗੱਡੀਆਂ ਚੋਰੀ ਕਰਨ ਦਾ ਰਿਕਾਰਡ ਵੀ ਹੈ। ਸੋ ਦੋਸਤੋ ਬੜੀ ਹੀ ਕਮਾਲ ਦੀ ਜਾਣਕਾਰੀ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਐਦਾ ਦੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਛਾਤਰ ਚੋਰ ਦਾ ਨਾਮ ਹੈ ਧਨੀ ਰਾਮ ਮਿੱਤਲ ਇਸ ਨੂੰ ਸੁਪਰ ਨੈਟਵਰਕ ਲਾਲ ਵੀ ਕਿਹਾ ਜਾਂਦਾ ਹੈ ਇਸ ਨੇ ਚੋਰੀ ਕਰਨ ਦੀ ਸ਼ੁਰੂਆਤ 25 ਸਾਲ ਦੀ ਉਮਰ ਵਿੱਚ ਕੀਤੀ ਅਤੇ ਆਪਣੇ ਬੁਢਾਪੇ ਤੱਕ ਚੋਰੀ ਹੀ ਕਰਦਾ ਰਿਹਾ ਧਨੀ ਰਾਮ ਨੇ ਐਲ ਐਲ ਬੀ ਦੀ ਪੜ੍ਹਾਈ ਰਾਜਸਥਾਨ ਤੋਂ ਕੀਤੀ ਅਤੇ ਕੈਲੀਗ੍ਰਾਫੀ ਦੀ ਪੜ੍ਹਾਈ ਕਲਕੱਤਾ ਤੋਂ ਕੀਤੀ ਸੀ ਇਹਪਟਿਆਲਾ ਹਾਊਸ ਕੋਰਟ ਵਿੱਚ ਮੁਨੀਮ ਦੇ ਤੌਰ ਤੇ ਵੀ ਕੰਮ ਕਰ ਚੁੱਕਿਆ ਹੈ ਅਤੇ ਬਾਅਦ ਵਿੱਚ ਰੁੱਤਕ ਅਤੇ ਦਿੱਲੀ ਦੀ ਲੋਕਲ ਕੋਰਟ ਵਿੱਚ ਵੀ ਕੰਮ ਕੀਤਾ ਇਸ ਤੇ ਨਸ਼ਾ ਤਸਕਰੀ ਨਜਾਇਜ਼ ਹਥਿਆਰ ਰੱਖਣ ਅਤੇ ਜੂਏ ਵਰਗੇ ਅਪਰਾਧਾਂ ਦੇ ਤਹਿਤ ਕੇਸ ਦਰਜ ਹਨ ਅਤੇ ਇਸ ਨੇ ਆਪਣੀ ਪਹਿਲੀ ਵਾਰਦਾਤ ਵੀ ਹਾਈ ਕੋਰਟ ਦੀ ਪਾਰਕਿੰਗ ਵਿੱਚੋਂ ਕਾਰ ਚੋਰੀ ਕਰਕੇ ਕੀਤੀ ਇਹ ਜ਼ਿਆਦਾਤਰ ਪੁਰਾਣੀਆਂ ਕਾਰਾਂ ਨੂੰ ਹੀ ਚੋਰੀ ਕਰਦਾ ਸੀ ਕਿਉਂਕਿ ਇਨ੍ਹਾਂ ਕਾਰਾਂ ਵਿੱਚ ਸਿਕਿਉਰਿਟੀ ਸਿਸਟਮ ਨਹੀਂ ਹੁੰਦੇ ਧਨੀਰਾਮ ਨੇ ਹੁਣ ਤੱਕ 1000 ਗੱਡੀਆਂ ਚੋਰੀ ਕੀਤੀਆਂ ਹਨ ਜਿਸ ਕਰਕੇ ਇਸ ਦੇ ਨਾਮ ਸਭ ਤੋਂ ਵੱਧ ਗੱਡੀਆਂ ਚੋਰੀ ਕਰਨ ਦਾ ਰਿਕਾਰਡ ਵੀ ਹੈ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਅਦੇੜ ਉਮਰ ਦਾ ਇਹ ਧੜੀ RAM ਚਿੱਟੇ ਦੀਨੀ ਚੋਰੀ ਕਰਦਾ ਸੀ ਅਤੇ ਚੋਰੀ ਕਰਨ ਜਾਣ ਵੇਲੇ ਇੱਕ ਡਰਾਈਵਰ ਨੂੰ ਨਾਲ ਲੈ ਕੇ ਜਾਂਦਾ ਅਤੇ ਡਰਾਈਵਰ ਨੂੰ ਪੈਸੇ ਦੇ ਕੇ ਤੋਰ ਦਿੰਦਾ ਅਤੇ ਆਪ ਚੋਰੀ ਦੀ ਗੱਡੀ ਵਿੱਚ ਜਾਂਦਾ ਸੀ ਇਹ ਇੰਨੀਆਂ ਜ਼ਿਆਦਾ ਚੋਰੀਆਂ ਕਰਦਾ ਸੀ ਕਿ ਜੱਜ ਤੱਕ ਇਸ ਨੂੰ ਪਹਿਚਾਨਣ ਲੱਗ ਗਏ ਸੀ ਇਹ ਕਿੰਨੇ ਹੀ ਕੇਸਾਂ ਵਿੱਚ ਜੇਲ੍ਹ ਜਾਂਦਾ ਅਤੇ ਬਾਹਰ ਆਉਂਦਾ ਸੀ ਇਹ ਜ਼ਿਆਦਾਤਰ ਦਿੱਲੀ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਪੰਜਾਬ ਵਰਗੇ ਸਟੇਟਾਂ ਵਿੱਚ ਚੋਰੀ ਕਰਦਾ ਸੀ। ਇਸ ਨੇ ਜਾਲੀ ਦਸਤਾਵੇਜ਼ ਬਣਾਉਣ ਲਈ ਡਿਗਰੀ ਵੀ ਕੀਤੀ ਅਤੇ ਇਸ ਤੋਂ ਬਾਅਦ ਇਸ ਨੇ ਸ਼ੁਰੂਆਤ ਹੀ ਗੱਡੀਆਂ ਦੇ ਜਾਲੀ ਕਾਗਜ਼ ਅਤੇ ਰਜਿਸਟ੍ਰੇਸ਼ਨ ਪੇਪਰ ਬਣਾਉਣ ਲਈ ਕੀਤੀ ਸੀ। ਇਹਨਾਂ ਡਿਗਰੀਆਂ ਦੀ ਬਦੌਲਤ ਹੀ ਇਹ ਪਹਿਲਾਂ ਗੱਡੀਆਂ ਚੋਰੀ ਕਰਦਾ ਅਤੇ ਫਿਰ ਉਹਨਾਂ ਹੀ ਗੱਡੀਆਂ ਦੇ ਜਾਲੀ ਕਾਗਜ਼ ਬਣਾ ਕੇ ਅੱਗੇ ਵੇਚ ਦਿੰਦਾ ਅਤੇ ਜੇਕਰ ਕਿਸੇ ਕਾਗਜ਼ ਵਿੱਚ ਕੋਈ ਦਿੱਕਤ ਆਉਂਦੀ ਤਾਂ ਇਹ ਗੱਡੀਆਂ ਕਬਾੜੀ ਨੂੰ ਵੇਚ ਦਿੰਦਾ ਸੀ। ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਾਰ ਦੇ ਨਕਲੀ ਕਾਗਜ਼ ਕਿਵੇਂ ਬਣਾਉਣੇ ਹਨ ਅਤੇ ਸੈਕੰਡ ਹੈਂਡ ਗੱਡੀਆਂ ਨੂੰ ਕਿਵੇਂ ਟਰਾਂਸਪੋਰਟੇਸ਼ਨ ਅਥਾਰਟੀ ਵਿੱਚ ਰਜਿਸਟਰਡ ਕਰਨਾ ਹੈ ਅਤੇ ਇੱਕ ਵਾਰ ਪੁਲਿਸ ਨੇ ਇਸ ਨੂੰ ਮਰੂਤੀ ਅਸਟੇਮ ਵਿੱਚ ਗ੍ਰਿਫਤਾਰ ਕੀਤਾ ਸੀ ਜਦੋਂ ਇਹ ਏਸੀ ਅਸਟੇਮ ਗੱਡੀ ਨੂੰ ਕਬਾਰੀ ਕੋਲ ਵੇਚਣ ਜਾ ਰਿਹਾ ਸੀ ਜਦੋਂ ਕੋਈ ਵੀ ਪੁੱਛਗਿੱਛ ਹੁੰਦੀ ਤਾਂ ਇਹ ਆਸਾਨੀ ਨਾਲ ਮੰਨ ਵੀ ਜਾਂਦਾ ਸੀ ਕਿ ਇਹ ਗੱਡੀਆਂ ਚੋਰੀ ਕਰਦਾ ਹੈ ਅਤੇ ਇਸ ਨੇ ਪੁਲਿਸ ਨੂੰ ਸਾਫ਼ ਮਾਣਾ ਕਰ ਦਿੱਤਾ ਸੀ ਕਿ ਇਸ ਨੂੰ ਕਿਸੇ ਵੀ ਵਕੀਲ ਦੀ ਜ਼ਰੂਰਤ ਨਹੀਂ ਹੈ ਇਹ ਆਪ ਦਾ ਕੇਸ ਜੱਜ ਸਾਹਮਣੇ ਆਪ ਹੀ ਲੜੇਗਾ 1968 ਤੋਂ 1974 ਤੱਕ ਧਨੀਰਾਮ ਸਟੇਸ਼ਨ ਮਾਸਟਰ ਦੇ ਤੌਰ ਤੇ ਵੀ ਕੰਮ ਕਰਦਾ ਰਿਹਾ ਅਤੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਇਹ ਸਟੇਸ਼ਨ ਮਾਸਟਰ ਵੀ ਜਾਲੀ ਦਸਤਾਵੇਜ਼ਾਂ ਨਾਲ ਹੀ ਲੱਗਿਆ ਸੀ ਧਨੀਰਾਮ ਨੇ ਲਾਅ ਦੀ ਪੜ੍ਹਾਈ ਵੀ ਕੀਤੀ ਹੋਈ ਸੀ ਅਤੇ ਆਪਦੇ ਦੋਸਤਾਂ ਨੂੰ ਲੀਗਲ ਮਦਦ ਵੀ ਦਿੰਦਾ ਸੀ ਧਨੀਰਾਮ ਇੰਨੀ ਵਾਰ ਜੇਲ੍ਹ ਜਾ ਚੁੱਕਿਆ ਸੀ ਕਿ ਇਸ ਦੀ ਜੇਲ੍ਹ ਵਿੱਚ ਕੈਦੀਆਂ ਨਾਲ ਵੀ ਦੋਸਤੀ ਹੋ ਜਾਂਦੀ ਹੈ ਅਤੇ ਉਹਨਾਂ ਕੈਦੀਆਂ ਦੀ ਕੇਸਾਂ ਵਿੱਚ ਵੀ ਮਦਦ ਕਰਦਾ ਸੀ ਭਾਵੇਂ ਆਪ ਖੁਦ ਜੇਲ੍ਹ ਵਿੱਚ ਹੁੰਦਾ ਸੀ ਅਤੇ ਦੂਜੇ ਕੈਦੀਆਂ ਦਾ ਕੇਸ ਕਿਵੇਂ ਲੜਨਾ ਹੈ ਇਹ ਵੀ ਦੱਸਦਾ ਹੁੰਦਾ ਸੀ ਅਤੇ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਇਸ ਨੇ ਇੱਕ ਸੈਸ਼ਨ ਜੱਜ ਨੂੰ ਛੁੱਟੀ ਤੇ ਭੇਜ ਦਿੱਤਾ ਅਤੇ ਉਸ ਦੀ ਥਾਂ ਆਪ ਜੱਜ ਬਣ ਕੇ ਫੈਸਲੇ ਸੁਣਾਉਣ ਲੱਗਾ ਅਤੇ ਕਿੰਨੀ ਦੇਰ ਇਸ ਬਾਰੇ ਕਿਸੇ ਨੂੰ ਪੜਨਕ ਵੀ ਨਹੀਂ ਲੱਗੀ ਅਸਲ ਵਿੱਚ ਧਨੀ RAM ਨੇ ਨਕਲੀ ਕਾਗਜ਼ ਬਣਾ ਕੇ ਹਰਿਆਣਾ ਦੀ ਝੱਜਰ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਨੂੰ ਕਰੀਬ 2 ਮਹੀਨੇ ਲਈ ਛੁੱਟੀ ਤੇ ਭੇਜ ਦਿੱਤਾ ਅਤੇ ਨਕਲੀ ਕਾਗਜ਼ ਬਣਾ ਕੇ ਉਸ ਦੀ ਥਾਂ ਆਪ ਜੱਜ ਦੀ ਕੁਰਸੀ ਤੇ ਬੈਠ ਗਿਆ ਅਤੇ ਜੱਜ ਦੀ ਕੁਰਸੀ ਤੇ ਬੈਠ ਕੇ ਪਤਾ ਨਹੀਂ ਕਿੰਨੇ ਹੀ ਫੈਸਲੇ ਸੁਣਾ ਦਿੱਤੇ ਦੱਸਿਆ ਜਾਂਦਾ ਹੈ ਕਿ ਇਸਨੇ ਕਰੀਬ 2000 ਅਪਰਾਧੀਆਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਅਤੇ ਕਿੰਨਿਆਂ ਨੂੰ ਹੀ ਸਜ਼ਾ ਸੁਣਾ ਦਿੱਤੀ ਸੀ ਅਤੇ ਜਦੋਂ ਤੱਕ ਇਹ ਪਤਾ ਚੱਲਦਾ ਹੈ ਕਿ ਇਹ ਤਾਂ ਨਕਲੀ ਜੱਜ ਹੈ ਉਦੋਂ ਤੱਕ ਇਹ ਫਰਾਰ ਹੋ ਚੁੱਕਿਆ ਸੀ ਅਤੇ ਜਿਹੜੇ ਅਪਰਾਧੀਆਂ ਨੂੰ ਇਸਨੇ ਜ਼ਮਾਨਤ ਤੇ ਰਿਹਾ ਕੀਤਾ ਸੀ ਉਹਨਾਂ ਨੂੰ ਦੁਬਾਰਾ ਫੜਨ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ ਧਨੀ ਰਾਮ ਦੇ ਫਰਾਰ ਹੋਣ ਤੋਂ ਬਾਅਦ ਕਿੰਨੇ ਸਾਲ ਕਿੱਥੇ ਸੀ ਕਿਸੇ ਨੂੰ ਕੁਝ ਪਤਾ ਨਹੀਂ ਸੀ ਪਰ ਕੁਝ ਸਮਾਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਬੇਲ ਤੇ ਛੱਡ ਵੀ ਦਿੱਤਾ ਜਾਂਦਾ ਹੈ 50 80 ਸਾਲਾ ਧਨੀ ਰਾਮ ਕੋਸ਼ਿਸ਼ ਵਿੱਚ ਸੀ ਕਿ ਇਸ ਦੀ ਜਿਆਦਾ ਉਮਰ ਹੋਣ ਕਰਕੇ ਅਤੇ ਸਿਹਤ ਠੀਕ ਨਾ ਹੋਣ ਕਰਕੇ ਇਸ ਨੂੰ ਦੁਬਾਰਾ ਜੇਲਣਾ ਭੇਜਿਆ ਜਾਵੇ ਐਦਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ